ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਟਰੈਵਲਰ ਕਿਸ ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਆਪਣਾ ਸੁਖਕਿਰਨ ਸਿੰਘ ਤੂਰ, ਅਤੇ ਅੱਜ ਮੈਂ ਤੁਹਾਨੂੰ ਲੈ ਕੇ ਆਏਗਾ ਨੱਡੀ। ਨੱਡੀ ਜਿਹੜਾ ਕਿ ਮਕਲੌੜਗੰਜ ਧਰਮਸ਼ਾਲਾ ਤੋਂ ਉੱਪਰ ਜਾ ਕੇ ਆ, ਜਿੱਥੇ ਬਣੀ ਹੋਈ ਇੱਕ ਬਹੁਤ ਹੀ ਵਧੀਆ ਲੇਕ। ਅਤੇ ਆਪਾਂ ਪਹਿਲਾਂ ਤੁਹਾਨੂੰ ਪਹਾੜ ਦੀ ਟੀਸੀ ਤੋਂ ਉੱਪਰੋਂ, ਸਿਖਰ ਤੋਂ, ਟੌਪ ਤੋਂ ਜਿਹੜੇ ਨਜ਼ਾਰੇ ਵਿਖਾਵਾਂਗੇ ਥੱਲੇ ਦੇ, ਤੁਸੀਂ ਇਹ ਨਜ਼ਾਰੇ ਵੇਖਣ ਤੋਂ ਬਾਅਦ ਤੁਹਾਨੂੰ ਆਪਾਂ ਵਿਖਾਉਂਦੇ ਹਾਂਗੇ ਲੇਕ। ਇਹਦੇ ਨਾਲ ਬਿਲਕੁਲ ਬਣਿਆ ਹੋਇਆ ਟੈਂਪਲ, ਅਤੇ ਟੈਂਪਲ ਦੇ ਕੋਲ ਦੀ ਆਪਾਂ ਕ੍ਰੋਸ ਕਰਕੇ ਚੱਲਾਂਗੇ ਲੇਕ ਵੱਲ ਨੂੰ, ਅਤੇ ਲੇਕ ਬਿਲਕੁਲ ਸਾਹਮਣੇ ਆ ਜਿਹੜੀ ਕਿ ਆਪਾਂ ਵੇਖ ਰਹੇ ਹਾਂ ਹੁਣ। ਅਤੇ ਇੱਥੇ ਬਹੁਤ ਹੀ ਵਧੀਆ ਬੈਠਣ ਉੱਠਣ ਦੇ ਲਈ ਜਿਹੜਾ ਘਾਹ ਵਗੈਰਾ ਲੱਗਿਆ ਹੋਇਆ ਹੈਗਾ, ਗ੍ਰੀਨਰੀ ਫੁੱਲ ਹੈਗੀ, ਅਤੇ ਬੈਂਚ ਵਗੈਰਾ ਵੀ ਲੱਗੇ ਹੋਏ ਆ, ਅਤੇ ਬਹੁਤ ਸਾਰੇ ਜਿਹੜੇ ਟੂਰਿਸਟ ਆ ਇੱਥੇ ਆ ਕੇ ਆਤਮਕ ਸ਼ਾਂਤੀ ਪ੍ਰਾਪਤ ਕਰਦੇ ਆ, ਬਹੁਤ ਸਾਰੇ ਇੱਥੇ ਆ ਕੇ ਆਪਦਾ ਭਜਨ ਬੰਦਗੀ ਵੀ ਕਰਦੇ ਆ, ਅਤੇ ਬਹੁਤ ਸਾਰੇ ਆ ਕੇ ਯੋਗਾ ਵਗੈਰਾ ਵੀ ਕਰਦੇ ਆ, ਜਿਹਦੇ ਨਾਲ ਉਹਨਾਂ ਦੇ ਮਨ ਨੂੰ ਸਕੂਨ ਮਿਲਦਾ। ਅਤੇ ਇਹ ਜਿਹੜੀ ਲੇਕ ਆ, ਇਹ ਤੁਹਾਨੂੰ ਮੈਂ ਥੋੜ੍ਹਾ ਜਿਹਾ ਦੱਸ ਦਿੰਦਾ ਕਿ ਇੱਥੇ ਪਹੁੰਚਣ ਲਈ ਆਪਾਂ ਨੂੰ ਮਕਲੌੜਗੰਜ ਤੋਂ ਉੱਪਰ ਨੂੰ ਆਉਣਾ ਪੈਂਦਾ ਹੈਗਾ। ਭਾਗ ਇੱਕ ਰੋਡ ਭਾਗਸੂ ਵੱਲ ਨੂੰ ਚਲਿਆ ਜਾਂਦਾ, ਦੂਜਾ ਨੱਡੀ ਵੱਲ ਨੂੰ ਚਲਿਆ ਜਾਂਦਾ, ਅਤੇ ਇੱਕ ਧਰਮਸ਼ਾਲਾ ਵੱਲ ਚਲਿਆ ਜਾਂਦਾ। ਅਤੇ ਇੱਦਾਂ ਹੀ ਆਪਾਂ ਤੁਹਾਨੂੰ ਦੱਸ ਰਹੇ ਕਿ ਇਹ ਨੱਡੀ ਆ, ਨੱਡੀ ਦੇ ਵਿੱਚ ਬਣੀ ਹੋਈ ਆ ਲੇਕ, ਅਤੇ ਚਾਰੇ ਪਾਸੇ ਦੀ ਤੁਸੀਂ ਵੇਖ ਰਹੇ ਹੋ ਫੁੱਲ ਗ੍ਰੀਨਰੀ ਵਿਊ। ਅਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਨੱਡੀ ਸਿਟੀ ਵੱਲ ਨੂੰ, ਜਿਹੜਾ ਕਿ ਇੱਥੋਂ ਜਿਵੇਂ ਤੁਸੀਂ ਦੇਖ ਰਹੇ ਹੋ ਅੱਧਾ ਕੁ ਕਿਲੋਮੀਟਰ 'ਤੇ ਆ, 400 ਮੀਟਰ 'ਤੇ। ਅਤੇ ਇਹ ਹੈਗਾ ਲੇਕ ਦੇ ਨਾਲ ਜਿਹੜਾ ਰੋਡ ਲੰਘਦਾ ਉਹਦਾ ਨਜ਼ਾਰਾ, ਅਤੇ ਸਾਹਮਣੇ ਉਹਦੀ ਬਾਉਂਡਰੀ। ਅਤੇ ਆਪਾਂ ਗੱਡੀ ਕੱਢ ਲਈ ਹੈਗੀ, ਅਤੇ ਹੁਣ ਆਪਾਂ ਚੱਲਦੇ ਹਾਂ ਨੱਡੀ ਸਿਟੀ ਵੱਲ ਨੂੰ, ਅਤੇ ਰਸਤੇ ਦੇ ਵਿੱਚ ਜੋ ਪੈਂਦਾ ਹੈਗਾ ਸਿਟੀ ਵਿਊ, ਉਹ ਵੀ ਆਪਾਂ ਤੁਹਾਡੇ ਨਾਲ ਸਾਂਝਾ ਕਰਾਂਗੇ। ਅਤੇ ਪਰ ਜਿਹੜੀ ਇੱਥੋਂ ਦੀ ਚੜ੍ਹਾਈ ਆ, ਉਹ ਮੈਂ ਦੱਸ ਦੇਣਾ ਚਾਹੁੰਦਾ ਕਿ ਬੜੀ ਤਿੱਖੀ ਆ, ਮਤਲਬ ਸਿੱਧੀ ਚੜ੍ਹਾਈ ਹੈ ਜੇ ਮੈਂ ਤੁਹਾਨੂੰ ਦੱਸਾਂ ਤਾਂ। ਮਤਲਬ ਜੇ ਡਰਾਈਵਿੰਗ ਦੀ ਗੱਲ ਕਰੀਏ ਤਾਂ, ਵੈਸੇ ਤਾਂ ਹਰ ਜਗ੍ਹਾ 'ਤੇ ਪਹਾੜਾਂ ਦੇ ਉੱਤੇ ਡਰਾਈਵਿੰਗ ਸਕਿੱਲਸ ਤੁਹਾਡੇ ਹੋਣੇ ਬਹੁਤ ਜ਼ਰੂਰੀ ਨੇ, ਅਦਰਵਾਈਜ਼ ਤੁਸੀਂ ਜੇ ਡਰਾਈਵਿੰਗ ਸਕਿੱਲਸ ਤੁਹਾਡੇ ਵੀਕ ਆ, ਕਮਜ਼ੋਰ ਆ, ਤਾਂ ਤੁਸੀਂ ਇਹੋ ਜਿਹੀ ਗਲਤੀ ਉੱਪਰ ਪਹਾੜਾਂ ਦੇ ਉੱਤੇ ਗੱਡੀ ਡਰਾਈਵ ਕਰਨ ਵਾਲੀ ਨਾ ਹੀ ਕਰੋ ਹਿੱਲ ਏਰੀਏ ਦੇ ਵਿੱਚ, ਤਾਂ ਜ਼ਿਆਦਾ ਬਿਹਤਰ ਆ। ਅਤੇ ਆਪਾਂ ਅੱਜ ਇਹ ਵੀ ਸੋਚਿਆ ਵੀ ਜਿਹੜੇ ਆਪਾਂ ਇੱਦੀ ਨਾਈਟ ਆ ਉਹ ਆਪਾਂ ਇੱਥੇ ਹੀ ਸਪੈਂਡ ਕਰਾਂਗੇ। ਅਤੇ ਆਪਾਂ ਫਿਰ ਸਿਟੀ ਵੱਲ ਨੂੰ ਜਾਣ ਤੋਂ ਪਹਿਲਾਂ ਕੋਸ਼ਿਸ਼ ਕੀਤੀ ਕਿ ਆਪਾਂ ਇੱਕ ਹੋਟਲ ਪਹਿਲਾਂ ਰੂਮ ਵਗੈਰਾ ਪਸੰਦ ਕਰ ਲਈਏ, ਤਾਂ ਜੋ ਈਵਨਿੰਗ ਦੇ ਵਿੱਚ ਆਰਾਮ ਨਾਲ ਆ ਕੇ ਆਪਾਂ ਰੈਸਟ ਕਰ ਲਾਂਗੇ। ਅਤੇ ਆਪਾਂ ਜਿਹੜੇ ਉੱਪਰ ਪਹਾੜ ਦੇਖ ਰਹੇ ਹਾਂਗੇ, ਬਰਫ਼ ਦੀਆਂ ਚੋਟੀਆਂ ਲੱਦੀਆਂ ਵੀ ਦੇਖ ਰਹੇ ਹਾਂ, ਅਤੇ ਸਾਹਮਣੇ ਪਾਸੇ ਜਿਹੜਾ ਰੋਡ ਜਾ ਰਿਹਾ ਇਹ ਬਾਜ਼ਾਰ ਨੂੰ ਜਾ ਰਿਹਾ, ਅਤੇ ਆਪਾਂ ਹੋਟਲ ਦੇ ਰੂਫ ਟੋਪ ਦੇ ਉੱਤੇ ਖੜ੍ਹੇ ਹਾਂ। ਅਤੇ ਇੱਥੇ ਜਿਹੜੇ ਹੋਟਲਸ ਵਗੈਰਾ ਨੇ ਵਧੀਆ, ਉਹ ਤੁਹਾਨੂੰ 2500-3000 ਤੱਕ ਮਿਲ ਜਾਂਦੇ ਆ। ਜ਼ਿਆਦਾ ਟੋਪ ਕਲਾਸ ਲੈਣੇ ਤਾਂ ਵੱਖਰੀ ਗੱਲ ਆ, ਅਦਰਵਾਈਜ਼ ਤੁਹਾਨੂੰ ਜਿਹੜਾ 2500-3000 ਦੇ ਬਜਟ ਦੇ ਵਿੱਚ ਵਧੀਆ ਹੋਟਲਸ ਤੁਹਾਨੂੰ ਇੱਥੇ ਮਿਲ ਜਾਂਦੇ ਆ। ਅਤੇ ਬਾਕੀ ਜਿਹੜਾ ਇਹ ਸਿਟੀ ਦਾ ਮਾਹੌਲ ਆ ਬਹੁਤ ਵਧੀਆ ਏ। ਅਤੇ ਜੇ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਮਕਲੌੜਗੰਜ ਧਰਮਸ਼ਾਲਾ ਨਾਲੋਂ ਜਿਹੜਾ ਨੱਡੀ ਦਾ ਮੌਸਮ ਆ ਉਹ ਠੰਡਾ ਏ। ਅਤੇ ਲਓ ਜੀ, ਇਹ ਆ ਗਈ ਮੇਨ ਮਾਰਕੀਟ। ਬੜੀ ਮੁਸ਼ਕਲ ਦੇ ਨਾਲ ਆਪਾਂ ਵੀ ਇੱਥੇ ਜਿਹੜੀ ਆਪਣੀ ਕਾਰ ਆ ਪਾਰਕ ਕੀਤੀ, ਅਤੇ ਕਾਰ ਤਾਂ ਪਾਰਕ ਕੀਤੀ ਕੀਤੀ ਤੁਸੀਂ ਸਾਹਮਣੇ ਵੇਖ ਰਹੇ ਹੋ। ਕਾਰ ਪਾਰਕ ਕਰਨ ਤੋਂ ਬਾਅਦ ਕਾਰ 'ਚੋਂ ਨਿਕਲਣਾ ਵੀ ਬਾਹਰ ਇੱਕ ਚੈਲੇਂਜ ਸੀ, ਕਿਉਂਕਿ ਜਗ੍ਹਾ ਘੱਟ ਸੀ ਅਤੇ ਜਿਹੜੀ ਬਾਰੀ ਆ ਉਹ ਨਹੀਂ ਖੁੱਲ੍ਹ ਰਹੀ ਸੀ, ਅਤੇ ਫਿਰ ਬੜੀ ਮੁਸ਼ਕਲ ਦੇ ਨਾਲ ਆਪਾਂ ਬਾਹਰ ਨਿਕਲੇ ਹਾਂ। ਅਤੇ ਆਪਾਂ ਇੱਥੇ ਵਧੀਆ ਮਾਰਕੀਟ ਆਪਾਂ ਥੋੜ੍ਹਾ ਬਹੁਤਾ ਹਲਕਾ ਫੁਲਕਾ ਖਾਵਾਂਗੇ, ਅਤੇ ਥੋੜ੍ਹੀ ਮਾਰਕੀਟ ਦੀ ਜਿਹੜੀ ਗੇੜੀ ਆ ਉਹ ਵੀ ਕੱਢਾਂਗੇ।
ਅਤੇ ਇਹ ਜਿਹੜਾ ਆਪਾਂ ਗੇਟ ਬਣਿਆ ਵਾ ਦੇਖ ਰਹੇ ਇੱਧਰ ਨੂੰ ਮਾਰਕੀਟ ਸਾਈਡ ਆ, ਅਤੇ ਇੱਧਰ ਅੱਗੇ ਜਾ ਕੇ ਸਕੂਲ ਆ, ਅਤੇ ਇੱਕ ਮੇ ਬੀ ਯੋਗਾ ਕੇਂਦਰ ਆ। ਫਿਲਹਾਲ ਆਪਾਂ ਅੱਗੇ ਜ਼ਿਆਦਾ ਨਹੀਂ ਜਾਵਾਂਗੇ, ਜਿੱਥੋਂ ਤੱਕ ਸ਼ਾਂਤੀ ਹੈ, ਜਿੱਥੋਂ ਤੱਕ ਵਧੀਆ ਵਿਊਜ਼ ਆ ਅਤੇ ਮਾਰਕੀਟ ਆ, ਆਪਾਂ ਉੱਥੋਂ ਤੱਕ ਚੱਲਦੇ ਹਾਂ। ਤੁਹਾਨੂੰ ਵੀ ਥੋੜ੍ਹੀ ਛੋਟੀ ਬਹੁਤੀ ਗੇੜੀ ਕਢਾਉਂਦੇ ਹਾਂ, ਅਤੇ ਉਸ ਤੋਂ ਬਾਅਦ ਆਪ ਵੀ ਥੋੜ੍ਹਾ ਟਾਈਮ ਉੱਥੇ ਬੈਠ ਕੇ ਰੈਸਟ ਕਰਦੇ ਹਾਂ। ਲੈ ਵੀ ਜਿਹੜੇ ਇੱਧਰ ਦੇ ਪਹਾੜ ਆ ਉਹ ਬੜੇ ਗ੍ਰੀਨਰੀ ਨਾਲ ਲੱਦੇ ਹੋਏ ਹੈਗੇ, ਪੂਰੇ ਹਰੇ ਭਰੇ ਆ ਜੀ। ਅਤੇ ਨੱਡੀ ਦਾ ਜਿਹੜਾ ਇੱਥੋਂ ਦਾ ਮਾਹੌਲ ਆ ਉਹ ਬਹੁਤ ਵਧੀਆ ਹੈਗਾ, ਬਹੁਤ ਸ਼ਾਂਤਮਈ ਮਾਹੌਲ ਹੈਗਾ। ਅਤੇ ਆਪਾਂ ਜੇ ਅੱਗੇ ਗੱਲ ਕਰੀਏ ਤਾਂ ਆਪਾਂ ਇਸ ਤੋਂ ਬਾਅਦ ਆਪਾਂ ਜਿਹੜਾ ਚੱਲਾਂਗੇ ਭਾਗਸੂ ਵੱਲ ਨੂੰ, ਅਤੇ ਭਾਗਸੂ ਆਪਾਂ ਟਰੈਕਿੰਗ ਕਰਾਂਗੇ ਅਤੇ ਆਪਾਂ ਸ਼ਿਵਾ ਕੈਫੇ ਤੱਕ ਜਾ ਕੇ ਆਵਾਂਗੇ, ਅਤੇ ਕੋਸ਼ਿਸ਼ ਕਰਾਂਗੇ ਜੇ ਸਮਾਂ ਬਚਦਾ ਹੋਇਆ ਤਾਂ ਤਰੁੰਡ ਦੀ ਗੇੜੀ ਵੀ ਜ਼ਰੂਰ ਲਾਵਾਂਗੇ। ਬਾਕੀ ਦੇਖਦੇ ਹਾਂ ਕਿਹੋ ਜਿਹਾ ਮਾਹੌਲ ਬਣਦਾ ਅਤੇ ਕੀ ਮਾਹੌਲ ਬਣਦਾ ਅਤੇ ਕਿੱਦਾਂ ਦਾ ਮੌਸਮ ਰਹੂਗਾ, ਕਿਉਂਕਿ ਆਪਾਂ ਜੇਕਰ ਹਿੱਲ ਏਰੀਏ ਦੇ ਵਿੱਚ ਆਏ ਹਾਂ, ਹਿੱਲ ਸਟੇਸ਼ਨਾਂ 'ਤੇ ਆਏ ਹਾਂ, ਤਾਂ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਚਾਹੀਦਾ ਕਿ ਜਿਹੜਾ ਮੌਸਮ ਆ ਉਹ ਕਿੱਦਾਂ ਦਾ ਰਹੂਗਾ, ਕਿਉਂਕਿ ਮੌਸਮ ਦਾ ਸਾਫ਼ ਰਹਿਣਾ ਹਿੱਲ ਏਰੀਏ ਦੇ ਵਿੱਚ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਆਪਾਂ ਸਫ਼ਰ ਵਗੈਰਾ ਕਰਨਾ ਹੁੰਦਾ, ਨਹੀਂ ਤਾਂ ਉੱਪਰੋਂ ਛੋਟੇ ਮੋਟੇ ਜਿਹੜੇ ਪੱਥਰ ਆ ਉਹ ਵੀ ਉੱਪਰੋਂ ਖਿਸਕਦੇ ਰਹਿੰਦੇ ਆ, ਤਾਂ ਕਈ ਵਾਰੀ ਤਾਂ ਲੈਂਡਸਲਾਈਡਿੰਗ ਵੀ ਹੋ ਜਾਂਦੀ ਹੈਗੀ, ਜਿਹਦੇ ਨਾਲ ਰਸਤੇ ਤੱਕ ਵੀ ਬੰਦ ਹੋ ਜਾਂਦੇ ਆ। ਫਿਲਹਾਲ ਆਪਾਂ ਆ ਜਾਓ ਵੱਧਦੇ ਹਾਂ ਅੱਗੇ ਨੂੰ, ਅਤੇ ਤੁਹਾਨੂੰ ਨੱਡੀ ਦੇ ਜਿਹੜਾ ਮਾਰਕੀਟ ਤੋਂ ਆਪਾਂ ਬਾਹਰ ਨੂੰ ਚੱਲਦੇ ਹਾਂ, ਅਤੇ ਫਿਰ ਆਪਾਂ ਤੁਹਾਨੂੰ ਭਾਗਸੂ ਨਾਗਵਾਲ ਨੂੰ ਵੀ ਇੱਕ ਗੇੜੀ ਕਢਵਾ ਹੀ ਲਿਆਉਂਦੇ ਹਾਂ, ਹਜੇ ਸਮਾਂ ਕਾਫੀ ਪਿਆ। ਲਓ ਜੀ, ਇਹ ਆਪਾਂ ਪਹੁੰਚ ਚੁੱਕੇ ਹਾਂ ਕਿ ਮਗਲੌੜਗੰਜ ਮੇਨ ਚੌਂਕ ਦੇ ਵਿੱਚ, ਜਿੱਥੇ ਕਿ ਹਮੇਸ਼ਾ ਟ੍ਰੈਫਿਕ ਲੱਗਣਾ ਹੀ ਲੱਗਣਾ। ਇਹ ਸਾਹਮਣੇ ਮੇਨ ਚੌਂਕ ਆ ਗਿਆ, ਆਪਾਂ ਬੜੀ ਮੁਸ਼ਕਲ ਦੇ ਨਾਲ ਕ੍ਰੋਸ ਕੀਤਾ ਅਤੇ ਹੁਣ ਆਪਾਂ ਜਾ ਰਹੇ ਹਾਂ ਭਾਗਸੂ ਵੱਲ ਨੂੰ, ਅਤੇ ਰਸਤੇ ਦੇ ਵੀ ਜੋ ਵਿਊਜ਼ ਆਪਾਂ ਨੂੰ ਮਿਲਣਗੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ, ਕਿਉਂਕਿ ਮਗਲੌੜਗੰਜ ਦੇ ਵਿੱਚ ਮੇਰੇ ਅਕੋਰਡਿੰਗਲੀ ਤੁਹਾਨੂੰ ਦਿਖਾਉਣ ਨੂੰ ਕੁਛ ਖਾਸ ਨਹੀਂ ਗਾ, ਤਾਂ ਇਸ ਕਰਕੇ ਆਪਾਂ ਮੇਨਲੀ ਜਿਹੜਾ ਸਿਟੀ ਵਿਊ ਆ ਉਹ ਹੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਫਿਰ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਲੈ ਕੇ ਆਵਾਂਗੇ ਭਾਗਸੂ ਨਾਗ, ਜਿੱਥੇ ਕਿ ਆਪਾਂ ਵਾਟਰਫਾਲ ਦੇਖਾਂਗੇ ਅਤੇ ਉੱਪਰ ਸ਼ਿਵਾ ਕੈਫੇ ਅਤੇ ਤਰੁੰਡ ਵਗੈਰਾ ਵੀ ਜਾ ਕੇ ਆਵਾਂਗੇ। ਲਓ ਜੀ, ਸਾਹਮਣੇ ਆ ਜਾਣੀ ਆਪਾਂ ਨੂੰ ਭਾਗਸੂ ਨਾਗ ਦੀ ਜਿਹੜਾ ਤੁਸੀਂ ਕਹਿ ਲਓ ਮਾਰਕੀਟ, ਅਤੇ ਮਾਰਕੀਟ ਦੇ ਵਿੱਚ ਜਿਹੜੀ ਕਾਰ ਪਾਰਕਿੰਗ ਉਹ ਸਭ ਤੋਂ ਔਖਾ ਕੰਮ ਆ, ਅਤੇ ਉਹ ਆਪਾਂ ਤੁਹਾਨੂੰ ਗਾਈਡ ਕਰਾਂਗੇ ਨੈਕਸਟ ਵਲੋਗ ਦੇ ਵਿੱਚ ਕਿ ਜਿਹੜੀ ਵਧੀਆ ਵਾਲੀ ਪਾਰਕਿੰਗ ਉਹ ਕਿੱਥੇ ਜਾ ਕੇ ਆ ਅਤੇ ਕਿੱਦਾਂ ਉੱਥੇ ਪਹੁੰਚਣਾ ਅਤੇ ਕੀ ਉਹਦੇ ਚਾਰਜਿਸ ਆ। ਫਿਲਹਾਲ ਤਾਂ ਜਿਹੜੇ ਆਪਾਂ ਨੂੰ ਉੱਪਰ ਦੇ ਵਿਊਜ਼ ਵੇਖਣ ਨੂੰ ਮਿਲ ਰਹੇ ਆ, ਅਤੇ ਇਹ ਮਗਲੌੜਗੰਜ ਦੇ ਵਿੱਚ ਜਿਹੜੀ ਮਨੈਸਟਰੀ ਆ ਲੈਫਟ ਹੈਂਡ ਸਾਈਡ 'ਤੇ ਆਪਾਂ ਨੂੰ ਵੇਖਣ ਨੂੰ ਮਿਲ ਰਹੀ ਆ, ਅਤੇ ਇਹ ਮੇਨ ਮਾਰਕੀਟ ਮਗਲੌੜਗੰਜ ਦੀ। ਦੇਖੋ ਛੁੱਟੀਆਂ ਹੋਣ ਦੇ ਕਾਰਨ ਥੋੜ੍ਹਾ ਕਰਾਊਡ ਵੀ ਜ਼ਿਆਦਾ ਆਏਗਾ, ਕਾਫੀ ਬਿਜ਼ੀ ਲੱਗ ਰਹੀ ਹੈ ਜਿਹੜੀ ਮਾਰਕੀਟ ਹੈਗੀ, ਅਤੇ ਇੱਕ ਗਰਮੀਆਂ ਹੋਣ ਦੇ ਕਾਰਨ ਸਾਰੇ ਜਿਹੜੇ ਟੂਰਿਸਟ ਹੈਗੇ ਜਿਹੜੇ ਨੇੜੇ ਦੇ ਹਿੱਲ ਏਰੀਏ ਦੇ ਵਿੱਚ ਜਾਣਾ ਪਸੰਦ ਕਰਦੇ ਆ ਹਿੱਲ ਸਟੇਸ਼ਨ ਦੇ ਵਿੱਚ, ਅਤੇ ਉੱਥੇ ਜਾ ਕੇ ਕੀ ਹੁੰਦਾ ਹੈਗਾ ਕਿ
ਸਫ਼ਰ ਜ਼ਿਆਦਾ ਨਹੀਂ ਕਰਨਾ ਪੈਂਦਾ, ਪਰ ਮੌਸਮ ਦੇ ਵਿੱਚ ਤਬਦੀਲੀ ਆ ਜਾਂਦੀ ਆ। ਅਤੇ ਫਿਰ ਇਸੇ ਤਰ੍ਹਾਂ ਹੀ ਆਪਾਂ ਤੁਹਾਨੂੰ ਹੁਣ ਨੈਕਸਟ ਵਲੌਗ ਦੇ ਵਿੱਚ ਲੈ ਕੇ ਚੱਲਾਂਗੇ, ਜਿੱਥੇ ਆਪਾਂ ਭਾਗ ਸੁਨਾਗ ਲੈ ਕੇ ਚੱਲਾਂਗੇ, ਅਤੇ ਨਾਲੇ ਧਰਮਸ਼ਾਲਾ ਦਾ ਤੁਹਾਨੂੰ ਜਿਹੜਾ ਸਟੇਡੀਅਮ ਵਗੈਰਾ ਵਿਖਾ ਕੇ ਲੈ ਚੱਲਾਂਗੇ। ਅਤੇ ਆਪਾਂ ਮਿਲਦੇ ਹਾਂ ਜਲਦੀ ਤੁਹਾਨੂੰ ਨਵੀਂ ਵੀਡੀਓ ਨਵੇਂ ਵਲੌਗ ਦੇ ਨਾਲ। ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਾਈਂਡਲੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਅਤੇ ਪਲੀਜ਼ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਜਿਹੜੀ ਹੈ ਤੁਹਾਨੂੰ ਕਿੱਦਾਂ ਦੀ ਲੱਗੀ। ਮਿਲਦੇ ਜਲਦੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।